ਰੂਹ ਹੁਦਾ ਦੇ ਨਾਮੋ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਸਾਡੀ ਮਾਂ ਬੋਲੀ ਪੰਜਾਬੀ ਦੇ ਇੱਕ ਬੜੇ ਹੀ ਲਡਿੱਕੇ ਤੇ ਬੜੇ ਮਨ ਠਾਰ ਸ਼ਾਇਰ ਹੋ ਗੁਜ਼ਰੇ ਨੇ ਉਹਨਾਂ ਦਾ ਨਾਵਾਂ ਸੀ ਅਹਿਮਦ ਰਾਈ ਮਰਹੂਮ ਉਹੀ ਉਹ ਅਹਿਮਦ ਰਾਈ ਜਿਨ੍ਹਾਂ ਨੇ ਫਿਲਮ ਹੀਰ ਰਾਂਝਾ ਦੇ ਬੜੇ ਮਦਦ ਗੀਤ ਲਹਿਸਨ ਉਹਨਾਂ ਦੀ ਇੱਕ ਬੜੀ ਖੂਬਸੂਰਤ ਬੜੀ ਉੱਚ ਪੱਧਰ ਦੀ ਨਜ਼ਮ ਅੱਜ ਮੈਂ ਤੁਹਾਡੀ ਸੇਵਾ ਵਿੱਚ ਪੇਸ਼ ਕਰਨ ਲਈ ਜਾ ਰਿਹਾ ਇਹ ਨਜ਼ਮ ਜਿਹੜੀ ਹੈ ਇਹਦਾ ਸਭ ਤੋਂ ਵੱਡਾ ਵਾਅਦਾ ਇਹ ਵੇ ਕਿ ਇਸ਼ਕ-ਏ-ਮਜਾਜ਼ੀ ਦੀ ਤਰਕੜੀ ਦੇ ਉੱਤੇ ਵੀ ਪੂਰੀ ਟੋਲੀ ਜਾਂਦੀ ਹੈ ਤੇ ਜੇ ਅਸੀਂ ਇਹਨੂੰ ਇਸ਼ਕ-ਏ-ਹਕੀਕੀ ਦੇ ਤਨਾਜ਼ਰ ਦੇ ਵਿੱਚ ਵੇਖੀਏ ਤੇ ਫਿਰ ਵੀ ਇਹ ਇੱਕ ਬੇਮਿਸਾਲ ਨਜ਼ਮ ਹੈ ਨਜ਼ਮ ਦਾ ਸਰਨਾਵਾ ਹੈ ਸੂਰਜ ਤੇ ਧਰਤੀ ਅਹਿਮਦ ਰਾਈ ਹੋਰੀ ਲਿਖਦੇ ਨੇ ਭਈ ਚੜ੍ਹਦੇ ਵੱਲੋਂ ਆਉਂਦਾ ਸੂਰਜ ਲੈਹਦੇ ਵੱਲ ਟਰ ਜਾਂਦਾ ਆਵੇ ਲੱਟ ਲੱਟ ਚਾਨਣ ਲੈ ਕੇ ਜਾਏ ਹਨੇਰੇ ਪਾਂਦਾ ਉਹਦੇ ਰਹਿਮ ਕਰਮ ਤੇ ਧਰਤੀ ਪਈ ਇਹ ਚੁੱਪ ਚੁਪੀ ਤੇ ਹੌਰੇ ਉਸ ਕੀ ਮੰਤਰ ਫੂਕਿਆ ਕਿਹੜੇ ਜਾਦੂ ਕੀਤੇ ਉਹਦੇ ਪਿਆਰ ਵਿੱਚ ਸੜਦੇ ਠਰਦੇ ਵਰੇ ਹਜ਼ਾਰਾਂ ਬੀਤੇ ਉਹਨੇ ਰੋ ਰੋ ਹਾਸੇ ਕੇਰੇ ਹੱਸ ਹੱਸ ਅਥਰੂ ਪੀਤੇ ਤੇ ਤੂੰ ਸੂਰਜ ਮੈਂ ਧਰਤੀ ਚੰਨਾ ਵਿਛੀਆਂ ਕਦਮੀ ਤੇਰੇ ਤੂੰ ਤੇ ਮੇਰੇ ਲੂ ਲੂ ਦੇ ਵਿੱਚ ਪਾ ਲਿੱਤੇ ਨੇ ਢੇਰੇ ਤੇ ਮੈਂ ਕਿੱਥੇ ਹੁਣ ਤੂੰ ਹੀ ਤੂੰ ਐ ਓਲੇ ਨੇ ਬਸ ਮੇਰੇ ਮੇਰੇ ਹਾਸੇ ਮੇਰੇ ਹੰਝੂ ਸਬੇ ਨੇ ਹੱਥ ਤੇਰੇ ਜੋ ਕੁਝ ਤੇਰੇ ਦਿਲ ਵਿੱਚ ਆਵੇ ਉਹ ਮੈਨੂੰ ਮਨਜ਼ੂਰ ਭਾਵੇਂ ਫੜ ਕੇ ਹੱਕ ਨਾਲ ਲਾਲਾ ਭਾਵੇਂ ਛੱਟ ਦੇ ਦੂਰ ਤੇਰੇ ਰਹਿਮ ਕਰਮ ਤੇ ਚੰਨਾ ਪਈਆਂ ਚੁੱਪ ਚੁਪੀਤੇ ਹੌਰੇ ਤੂੰ ਕੀ ਮੰਤਰ ਫੂਕਿਆ ਕਿਹੜੇ ਜਾਦੂ ਕੀਤੇ ਤੇ ਇਹਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗੇ ਹਲਾ ਵੀਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ